ਸਾਡੇ ਮਾਵਾਂ ਦੇ ਪੁੱਤ ਸਾਡੀਆਂ ਬਜ਼ੁਰਗ ਮਾਵਾਂ 15-15 ਸਾਲ ਦੇ ਮੁੰਡੇ ਕੁੜੀਆਂ ਸਾਡੀਆਂ ਬੀਬੀਆਂ ਬਜ਼ੁਰਗ ਨੌਜਵਾਨ ਘਰੇ ਦੋ ਦੋ ਬੱਚੇ ਸੀ ਉਹ ਸ਼ਹੀਦ ਹੋ ਗਏ ਉਦੋਂ ਤਾਂ ਤੈਨੂੰ ਰੋਣਾ ਨਹੀਂ ਚੇਤਾ ਆਇਆ ਤੈਨੂੰ ਤੋਮਰ ਦਾ ਰੋਣਾ ਦੀਦਾ ਜਿੰਨਾ ਜਿਹੜੇ ਹੱਥਾਂ ਨਾਲ ਖੂਨ ਪਾਸ ਹੋਏ ਆ ਉਹਨਾਂ ਨਾਲ ਵਾਪਸ ਲੈਣੇ ਪੈਣਗੇ ਚਾਹੇ ਅੱਜ ਲੈ ਲਓ ਚਾਹੇ ਕੱਲ੍ਹ ਲੈ ਲਓ ਇਹ ਗੱਲ ਭੁੱਲ ਜਾਓ ਜਾਂ ਤਾਂ ਇੱਥੋਂ ਸਾਡੀਆਂ ਲਾਸ਼ਾਂ ਚੱਕਣ ਨੂੰ ਤਿਆਰ ਹੋ ਜਾਓ ਜਾਂ ਆਪਦੇ ਖੂਨ ਵਾਪਸ किसानी संघर्ष के लगातार किसानों ने एक बड़ा योगदान पाया किसान आके खड़े तो नौजवानों का एक उस तो भी बड़ा योगदान रहा नौजवानों जिथे नशेड़ी कहा जाता है जिथे उन्होंने यही कहा जाता कि गीतों के मार लग के इन्होंने हथियार चुक ले उत्थे ही साडे नाल मौजूद ने गुरप्रीत कोटरी उन्हां नाल गलबात करदे आं बई जी पहलां दा स्वागत है रेडियो पंजाब ਸਤਿ ਸ਼੍ਰੀ ਅਕਾਲ ਜੀ ਤੁਹਾਡੇ ਤੁਹਾਨੂੰ ਤੇ ਤੁਹਾਡੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਕੀ ਲੱਗਦਾ ਬਈ ਅੱਜ ਕਿਸਾਨੀ ਸੰਘਰਸ਼ ਹੈ ਜਿਹੜਾ ਪੂਰੇ ਪੀਕ ਤੇ ਚੱਲ ਰਿਹਾ ਹੈਗਾ ਅੱਜ ਵੀ ਮੀਟਿੰਗ ਹੋਣ ਜਾ ਰਹੀ ਹੈਗੀ ਮੀਟਿੰਗ ਹੋ ਰਹੀ ਹੈ ਅੰਦਰ ਬੈਠੇ ਦੀ ਕਿਸਾਨਾਂ ਦੀ ਕੀ ਲੱਗ ਰਿਹਾ ਹੈ ਲਗਾਤਾਰ ਬੇਸਿਟ ਆ ਰਹੀਆਂ ਮੀਟਿੰਗਾਂ ਤੇ ਅੱਜ ਵਾਲੀ ਮੀਟਿੰਗ ਚੋਂ ਕੀ ਨਿਕਲ ਕੇ ਸਾਹਮਣੇ ਆਇਆ ਕੁਝ ਪਤਾ ਲੱਗ ਰਿਹਾ ਆਪਾਂ ਜੇ ਗੱਲ ਕਰਕੇ ਬੇਸਿੱਟਾ ਤਾਂ ਨਹੀਂ ਕਹਿ ਸਕਦੇ ਦੇਖੋ ਕਸੇ ਜਦੋਂ 4 ਜੂਨ ਨੂੰ ਪੰਜਾਬ ਦੇ ਵਿੱਚ ਪਹਿਲੀ ਵਾਰੀ ਜਿਹੜਾ ਹੈਗਾ ਕਿਸਾਨ ਯੂਨੀਅਨ ਨੇ ਖੜਕਾਇਆ ਸੀ ਕਿ ਜੇ ਇਹ ਕਾਨੂੰਨ ਮਾਰੂ ਨੇ ਉਸ ਤੋਂ ਬਾਅਦ ਜੇ ਆਪਾਂ ਪੂਰੇ ਸੰਘਰਸ਼ ਨੂੰ ਦੇਖ ਕੇ ਉਸ ਤੋਂ ਬਾਅਦ ਜਿਹੜਾ ਪਿੰਡਾਂ ਦੇ ਵਿੱਚ ਜਾ ਕੇ ਉਹਨਾਂ ਨੇ ਪ੍ਰਚਾਰ ਕੀਤਾ ਉਸ ਤੋਂ ਬਾਅਦ ਪੰਜਾਬ ਗਵਰਨਮੈਂਟ ਨੇ ਕਰੋਨਾ ਕਾਲ ਦੇ ਪਰਚੇ ਕੱਟੇ ਵੀ ਕਰੋਨਾ ਮਹਾਮਾਰੀ ਨੂੰ ਸਪਰੈਡ ਕਰ ਰਹੇ ਆ ਉਸ ਤੋਂ ਬਾਅਦ ਉਹ ਮੋਮੈਂਟਮ ਹੋਰ ਵਧਿਆ ਫਿਰ ਬਾਦਲ ਦਾ ਕੈਪਟਨ ਦਾ ਘਰ ਕੇ ਰਿਹਾ ਗਿਆ ਉਸ ਤੋਂ ਬਾਅਦ ਮੋਮੈਂਟਮ ਹੋਰ ਤੇਜ਼ ਹੋਇਆ ਇੱਕ ਬੀਬੀ ਨੂੰ ਅਸਤੀਫਾ ਦੇਣਾ ਪਿਆ ਪੰਜਾਬ ਸਰਕਾਰ ਨੂੰ ਜਿਹੜੇ ਹੈਗੇ ਆ ਪਰਚੇ ਵਾਪਸ ਕਰਨੇ ਪਏ ਉਸ ਤੋਂ ਬਾਅਦ ਜਿਹੜੇ ਹੈਗੇ ਆ ਆਪਾਂ ਅੱਗੇ ਟੋਲ ਰੋਕੇ ਗਏ ਰੇਲਾਂ ਰੋਕੀਆਂ ਗਈਆਂ ਸਾਰੀਆਂ ਜਥੇਬੰਦੀਆਂ ਇੱਕ ਪਲੇਟਫਾਰਮ 'ਤੇ ਆਈਆਂ ਇਕੱਠਾ ਹੋ ਕੇ ਸੰਘਰਸ਼ ਲੜਿਆ ਪੰਜਾਬ ਤੋਂ ਰਵਾਨਗੀ ਹੋਈ ਉਦੋਂ ਕਿਸੇ ਨੇ ਨਹੀਂ ਸੋਚਿਆ ਸੀਗਾ ਵੀ ਜਿਹੜਾ ਹੈਗਾ ਇਹਨੂੰ ਇੰਨਾ ਸਮਰਥਨ ਮਿਲੂ ਅਤੇ ਜਦੋਂ ਵੀ ਪੰਜਾਬ ਤੋਂ ਰਵਾਨਗੀ ਹੋਈ ਨਾਲ ਦੇ ਨਾਲ ਹਰਿਆਣੇ ਨੇ ਐਡਾ ਭਰਮਾ ਸਵਾਗਤ ਕੀਤਾ ਜਿਹੜੀ ਹਰਿਆਣੇ ਦੀ ਸਰਕਾਰ ਆਪਦੇ ਲੋਕਾਂ ਨੂੰ ਰੋਕ ਰਹੀ ਸੀ ਕਿਸਾਨਾਂ ਨੂੰ ਰੋਕ ਰਹੀ ਸੀ ਟੋਏ ਪੱਟ ਰਹੀ ਸੀ ਟਿੱਬੇ ਲਾ ਰਹੀ ਸੀ ਬੈਰੀਗੇਡਿੰਗ ਹੋ ਰਹੀ ਸੀ ਹਰਿਆਣੇ ਦੇ ਲੋਕਾਂ ਨੇ ਸਾਰੇ ਪੱਟੇ ਅਸਲ ਦੇ ਵਿੱਚ ਉਦੋਂ ਬਾਅਦ ਦੇਖੋ ਹਰਿਆਣਾ ਜੁੜਿਆ ਅੱਜ ਦੇਖਿਆ ਜਾਵੇ ਤਾਂ 5 ਬਾਰਡਰ ਸੀਲ ਹੋਏ ਪਏ ਆ ਪਲ-ਪਲ ਸੀਲ ਹੋਇਆ ਪਿਆ ਮੱਧ ਪ੍ਰਦੇਸ਼ ਆਗਰਾ ਤੋਂ ਕਿਸਾਨ ਆ ਕੇ ਬੈਠੇ ਹੋਏ ਆ ਮੱਧ ਪ੍ਰਦੇਸ਼ ਯੂਪੀ ਹਰਿਆਣਾ ਦੇ ਕਿਸਾਨ ਉੱਥੇ ਬੈਠੇ ਆ ਗਾਜ਼ੀਪੁਰ ਦੇ ਤੁਸੀਂ ਦੇਖੋ ਯੂਪੀ ਦੇ ਕਿਸਾਨ ਬੈਠੇ ਆ ਉੱਤਰਾਖੰਡ ਦੇ ਕਿਸਾਨ ਬੈਠੇ ਆ ਅਤੇ ਰਾਜਸਥਾਨ ਉੱਤੇ ਉੱਤੇ ਬਾਰਡਰ ਦੇ ਉੱਤੇ ਜੈਪੁਰ ਦਿੱਲੀ ਅਤੇ ਰਾਜਸਥਾਨ ਹਰਿਆਣਾ ਦੇ ਕਿਸਾਨ ਬੈਠੇ ਆ ਮਹਾਰਾਸ਼ਟਰ ਤੱਕ ਦੇ ਕਿਸਾਨ ਬੈਠੇ ਆ ਆਪਾਂ ਅੱਗੇ ਜੇ ਸ਼ਿੰਭੂ 'ਤੇ ਬੈਠੇ ਆ ਪੰਜਾਬ ਹਰਿਆਣਾ ਕੁੰਡਲੀ 'ਤੇ ਬੈਠਾ ਪੰਜਾਬ ਹਰਿਆਣਾ ਤਾਂ ਇਹ ਮੋਮੈਂਟਮ ਬਹੁਤ ਜ਼ਿਆਦਾ ਫੈਲਿਆ ਉਹ ਜਿਹੜੀ ਚੀਜ਼ ਨੇ ਜਦੋਂ ਫੈਲਾਅ ਹੁੰਦਾ ਨਾ ਤਾਂ ਉਹਦੇ 'ਚ ਐਕਸਪੈਕਟੇਸ਼ਨਾਂ ਵੱਧ ਜਾਂਦੀਆਂ ਅੱਜ ਜਿੰਨਾ ਇਹ ਲੇਟ ਕਰ ਰਿਹਾ ਮੀਟਿੰਗ ਬੇਸਿੱਟਾ ਦਾ ਮਤਲਬ ਇਹ ਨਹੀਂ ਤੁਸੀਂ ਦੇਖੋ ਦੋ ਕਾਨੂੰਨ ਉਹਨਾਂ ਨੇ ਵਾਪਸ ਲਏ ਆ ਇਹ ਵੀ ਵੱਡੀ ਜਿੱਤ ਹੈ ਅੱਜ ਕੱਲ੍ਹ ਤੁਸੀਂ ਬਿਆਨ ਦੇਖੇ ਹੋਣੇ ਆ ਬਿਆਨਾਂ ਦੇ ਵਿੱਚ ਕਿਹਾ ਜਾ ਰਿਹਾ ਹੁਣ ਸਟੇਟਾਂ ਦੇ ਅਧਿਕਾਰ ਦੇ ਵਿੱਚ ਦੇ ਦਿਓ ਜੀ ਵੀ ਜੇ ਸਟੇਟ ਚਾਹੇ ਤਾਂ ਲਾਗੂ ਕਰ ਸਕਦੀ ਜੇ ਸਟੇਟ ਨਹੀਂ ਚਾਹੇ ਤਾਂ ਨਹੀਂ ਲਾਗੂ ਕਰ ਸਕਦੀ ਤਾਂ ਸਾਡੇ ਆਗੂਆਂ ਦਾ ਕਹਿਣਾ ਜੇ ਸਟੇਟਾਂ ਦੇ ਅਧਿਕਾਰ ਆ ਪਰ ਸਟੇਟਾਂ ਨੂੰ ਛੱਡ ਦਿਓ ਕਾਨੂੰਨ ਬਣਾ ਲੈਣਗੇ ਤੁਸੀਂ ਇਹਨੂੰ ਵਾਪਸ ਲੈ ਲਓ ਅਸਲ ਦੇ ਵਿੱਚ ਜਿਹੜਾ ਇਹ ਬਹੁਤ ਵੱਡੀ ਆਪਾਂ ਕਹਿੰਦੇ ਲੜਾਈ ਆ ਦੇਖਿਆ ਜਾਵੇ ਤਾਂ ਪੂਰੀ ਦੁਨੀਆ ਨੂੰ ਕਾਰਪੋਰੇਟ ਆਪਦੇ ਕਬਜ਼ੇ 'ਚ ਕਰਨਾ ਚਾਹੁੰਦਾ ਭਾਰਤ ਨੂੰ ਕਾਰਪੋਰੇਟ ਆਪਦੇ ਕਬਜ਼ੇ 'ਚ ਕਰਨਾ ਚਾਹੁੰਦਾ ਅਸਲ ਦੇ ਵਿੱਚ ਐਡੇ ਐਡੇ ਤੁਹਾਡੇ ਵਰਗੇ ਭਰਾਵਾਂ ਨੇ ਪੰਜਾਬੀ ਮੀਡੀਆ ਨੇ ਜਾਂ ਲੋਕਲ ਜਿਹੜੇ ਯੂਟਿਊਬਰ ਸੀਗੇ ਜਵਾਕ ਸੀਗੇ ਜਾਂ ਫੇਸਬੁੱਕ ਵਾਲੇ ਉਹਨਾਂ ਨੇ ਗੱਲ ਪਹੁੰਚਾਈ ਇੱਥੋਂ ਤੱਕ ਕਿ ਹੁਣ ਤੱਕ ਸਾਨੂੰ ਅੱਤਵਾਦੀ ਖਾਲਿਸਤਾਨੀ ਮਾਓਵਾਦੀ ਲਾਲ ਝੰਡੇ ਵਾਲੇ ਪਤਾ ਨਹੀਂ ਕੇਸਰੀ ਝੰਡੇ ਵਾਲੇ ਕਿਹੜੇ ਕਿਹੜੇ ਕਹਿ ਕੇ ਨਹੀਂ ਬਦਲਿਆ ਇਹਨਾਂ ਨੇ ਜਿਹੜਾ ਹੈਗਾ ਬਦਨਾਮ ਕੀਤਾ ਅਸਲ ਦੇ ਵਿੱਚ ਉਹਨਾਂ ਕੋਲੇ ਬਹੁਤ ਵੱਡੀ ਪਾਵਰ ਹੈ ਉਹਨਾਂ ਦੇ ਵੱਡੇ ਤਕੜੇ ਸਮਝੌਤੇ ਹੋਏ ਆ ਅੱਜ ਬੀਜੇਪੀ ਦੋ ਹਿੱਸਿਆਂ ਦੇ ਵਿੱਚ ਪਾਰਟੀ ਹੋਈ ਆ ਇੱਕ ਹਿੱਸਾ ਕਹਿ ਰਿਹਾ ਕਿਸਾਨਾਂ ਨੂੰ ਉਹਨਾਂ ਦੇ ਹੱਕਾਂ ਜਾਇਜ਼ ਨੇ ਮੰਗਾਂ ਜਾਇਜ਼ ਨੇ ਲਓ ਤੇ ਵਾਪਸ ਜਾਣ ਦਿਓ ਦੂਜਾ ਹਿੱਸਾ ਕਹਿ ਰਿਹਾ ਆਪਾਂ ਪੈਸੇ ਖਾਈ ਬੈਠੇ ਹਾਂ ਵੱਡਿਆਂ ਤੋਂ ਆਪਾਂ ਅੰਬਾਨੀ ਡਾਂਡੀਆਂ ਤੋਂ ਪੈਸੇ ਖਾਈ ਬੈਠੇ ਹਾਂ ਅਗਲੀ ਵਾਰੀ ਸਰਕਾਰ ਨਹੀਂ ਬਣਨੀ ਅਤੇ ਉਹ ਚੀਜ਼ਾਂ ਮਜਬੂਰੀ ਆ ਇੱਕ ਕਹਿੰਦਾ ਕੇਡਰ ਰੱਖੋ ਅੱਜ ਦੇ ਮੀਟਿੰਗ ਦੇ ਵਿੱਚ ਕੁਝ ਨਾ ਕੁਝ ਠੋਸ ਨਿਕਲਦੀ ਮੈਨੂੰ ਆਸ ਹੈ ਜਿਸ ਤਰ੍ਹਾਂ ਦੀਆਂ ਰਾਸ਼ਟਰਪਤੀ ਭਵਨ ਦੇ ਵਿੱਚ ਮੀਟਿੰਗਾਂ ਆਉਂਦੀਆਂ ਪੀਐਮ ਹਾਊਸ ਦੇ ਵਿੱਚ ਮੀਟਿੰਗਾਂ ਆਉਂਦੀਆਂ ਜੋਗੀ ਵਰਗਾਂ ਨੂੰ ਰੋਹਤਕ ਭੇਜਿਆ ਇਹਨਾਂ ਨੇ ਕੱਲ੍ਹ ਜੇ ਇਹ ਸਾਰਾ ਕੁਝ ਅਸਲ ਦੇ ਵਿੱਚ ਸਰਕਾਰ ਆਪਾਂ ਕਹਿੰਦੇ ਸਿਰ ਤੋਂ ਲੈ ਕੇ ਪੈਰਾਂ ਤੱਕ ਕੰਬੀ ਹੋਈ ਆ ਬਸ ਇੱਕ ਬਿਆਨ ਦਾਗ ਦਿੰਦੇ ਆ ਵੀ ਅਸੀਂ ਨਹੀਂ ਮੰਨਣਾ ਅਸੀਂ ਨਹੀਂ ਮੰਨਣਾ ਅਸਲ ਦੇ ਮੰਨੇ ਪਏ ਜਿਹੜਾ ਬੰਦਾ ਜ਼ਿਆਦਾ ਡਰਦਾ ਹੁੰਦਾ ਉਹ ਜ਼ਿਆਦਾ ਰੌਲਾ ਪਾਉਂਦਾ ਹੁੰਦਾ ਬਈ ਗੱਲ ਕਰੀ ਜਾਵੇ ਤਾਂ ਨੌਜਵਾਨ ਹੋ ਤੁਸੀਂ ਇੱਕ ਨਾ ਨੌਜਵਾਨਾਂ ਦੀ ਗੱਲ ਕਰੀ ਜਾਵੇ ਤਾਂ ਕੱਲ੍ਹ ਨੌਜਵਾਨਾਂ ਨੇ ਇੱਕ ਵੱਧ ਚੜ੍ਹ ਕੇ ਹਿੱਸਾ ਲਿਆ ਟਰੈਕਟਰ ਮਾਰਚ ਦੇ ਵਿੱਚ ਉਸ ਤੋਂ ਪਹਿਲਾਂ ਦੀ ਗੱਲ ਕਰੀ ਜਾਵੇ ਤਾਂ ਉਸ ਤੋਂ ਪਹਿਲਾਂ ਹੀ ਬੈਰੀਗੇਟਿੰਗ ਸੀ ਜਿਹੜੀ ਨੌਜਵਾਨਾਂ ਨੇ ਵੱਲੋਂ ਤੋੜੀ ਗਈ ਸੀ ਪਰ ਇੱਥੇ ਸਾਨੂੰ ਫਿਰ ਵੀ ਕਿਹਾ ਜਾਂਦਾ ਕਿ ਯਾਰ ਇਹ ਨਸ਼ੇੜੀ ਹੋ ਗਿਆ ਇਹ ਬਾਹਰ ਭੱਜ ਗਿਆ ਇਹ ਹਥਿਆਰਾਂ ਵਾਲੇ ਗੀਤਾਂ ਦੇ ਮਗਰ ਲੱਗ ਗਿਆ ਅੱਜ ਕਲਾਕਾਰਾਂ ਦਾ ਵੀ ਵੱਡਾ ਰੋਲ ਰਿਹਾ ਕੀ ਲੱਗਦਾ ਗਾ ਇਸ ਚੀਜ਼ ਨੂੰ ਦੇਖ ਕੇ ਦੇਖੋ ਇਹ ਜਿਹੜੀ ਅੰਦੋਲਨ ਆ ਜਿਹੜਾ ਕਿਸਾਨੀ ਘੋਲ ਹੈ
ਇਹ ਕੱਲਾ ਬਿੱਲਾਂ ਤੱਕ ਨਹੀਂ ਸੀਮਤ ਰਿਹਾ, ਇਹਨੇ ਅਸਲ ਦੇ ਵਿੱਚ ਪੂਰੇ ਭਾਰਤ ਦਾ ਕਲਚਰ ਬਦਲਤਾ। ਅਸੀਂ ਪੰਜਾਬ ਹਰਿਆਣਾ ਦੂਰ ਸੀਗੇ, ਰਾਜਸਥਾਨ ਯੂਪੀ ਇੱਕ ਦੂਜੇ ਨੂੰ ਦੇਖ ਕੇ ਰਾਜੀ ਨਹੀਂ ਸੀ, ਅੱਡ ਅੱਡ ਮਜ਼ਹਬ ਸੀਗੇ, ਹਰ ਇੱਕ ਮਜ਼ਹਬ ਦੇ ਵਿੱਚ ਫਿਰ ਕਾਸਟਾਂ ਸੀਗੀਆਂ, ਉਹ ਸਾਰੇ ਬੈਰੀਅਰ ਹੁਣ ਚੱਕੇ ਜਾ ਰਹੇ। ਇਹ ਕੱਲਾ ਮੈਂ ਸੁਣਾ ਇਹਨੇ ਸਮਾਜਿਕ ਪਰਿਵਰਤਨ ਲੈ ਕੇ ਆ ਰਿਹਾ ਅਤੇ ਲੈ ਕੇ ਆ ਚੁੱਕਿਆ ਅਤੇ ਲੈ ਕੇ ਆਉਣਾ। ਇਹ ਇਤਿਹਾਸ ਮੰਨ ਰਿਹਾ, ਇਹ ਅੱਜ ਜੋ ਆਪਾਂ ਇੱਥੇ ਖੜ੍ਹੇ ਗੱਲਾਂ ਕਰ ਰਹੇ ਹਾਂ, ਸਾਡੇ ਪੁੱਤ ਪੋਤੇ ਪੜ੍ਹਿਆ ਕਰਨਗੇ, ਸਾਡਾ ਦਾਦਾ ਉੱਥੇ ਗਿਆ ਸੀ, ਜਿਹੜੇ ਅੱਜ ਨਹੀਂ ਆ ਰਹੇ ਉਹਨਾਂ ਨੂੰ ਤਾਂ ਲਾਣਤਾਂ ਪਿਆ ਕਰਨਗੇ ਵੀ ਉਸ ਸਮੇਂ ਤੁਸੀਂ ਜਾਉਂਦੇ ਸੀ ਯਾਰ ਦਿੱਲੀ ਨਹੀਂ ਜਾ ਸਕੇ। ਅਤੇ ਹੁਣ ਜਿਹੜਾ ਗੱਲ ਕੀ ਆਪਾਂ ਨੌਜਵਾਨਾਂ ਦੀ, ਨੌਜਵਾਨਾਂ ਇਹ ਸਰਕਾਰਾਂ ਨਸ਼ੇ ਵਿਕਾਉਂਦੀਆਂ। ਜੇਕਰ ਆਪਾਂ ਕਹੀਏ ਦਿੱਲੀ ਤੋਂ, ਤੁਹਾਨੂੰ ਪਤਾ ਜਿਹੜਾ ਹੈਗਾ ਪੰਜਾਬ ਦੇ ਵਿੱਚ ਚਿੱਟਾ ਜਾਂਦਾ ਰਿਹਾ, ਇਹ ਸਰਕਾਰਾਂ ਕਹਿੰਦੀਆਂ ਰਹੀਆਂ, ਬਾਰਡਰਾਂ ਤੋਂ ਚਿੱਟਾ ਆਉਂਦਾ ਰਿਹਾ, ਦਿੱਲੀ ਤੋਂ ਚਿੱਟਾ ਆਉਂਦਾ ਸੀਗਾ, ਬੈਰੀਗੇਡਿੰਗ ਨਹੀਂ ਸੀ। ਜਦੋਂ ਪੰਜਾਬ ਹਰਿਆਣਾ ਪੰਜਾਬ ਦੇ ਕਿਸਾਨ ਜਾਂ ਹਰਿਆਣਾ ਦੇ ਕਿਸਾਨ ਦਿੱਲੀ ਵੱਲ ਆ ਰਹੇ ਆ, ਰਾਜਸਥਾਨ ਦੇ ਯੂਪੀ ਵੱਲ ਦੇ, ਹਰ ਥਾਂ 'ਤੇ ਬੈਰੀਗੇਡਿੰਗ, ਹਰ ਥਾਂ 'ਤੇ ਚੈਕਿੰਗ ਆ, ਹਰ ਥਾਂ 'ਤੇ ਰੋਕਿਆ ਜਾ ਰਿਹਾ, ਅਤੇ ਇਹ ਚਿੱਟਾ ਕੌਣ ਫੜਾਉਂਦਾ? ਇਹ ਸਰਕਾਰਾਂ ਫੜਾਉਂਦੀਆਂ। ਇਹਨਾਂ ਨੇ ਸਾਨੂੰ ਨਪੁੰਸਕ ਕਰਕੇ ਜਿਹੜਾ ਹੈਗਾ ਸਭ ਕੁਝ ਲੈਣਾ ਚਾਹੁੰਦੀਆਂ। ਹਰਾ ਇਨਕਲਾਬ ਜਿਹੜਾ ਸੀਗਾ ਉਹ ਸਰਕਾਰਾਂ ਨੂੰ ਲੋੜ ਸੀਗੀ, ਠੀਕ ਹੈ, ਅਤੇ ਉਦੋਂ ਦੇਖਿਆ ਜਾਵੇ ਜੇ 70 ਦੇ ਦਹਾਕੇ ਤੱਕ, 65-70 ਤੱਕ ਤਾਂ ਸਾਡੇ ਇਹੋ ਜਿਹੇ ਕਦੇ ਸਾਡਾ ਸਿਰ ਨਹੀਂ ਦੁਖਿਆ ਸਾਡੇ ਬਜ਼ੁਰਗਾਂ ਦਾ, ਅਤੇ ਅੱਜ ਦੇਖੋ ਹਰ ਥਾਂ 'ਤੇ ਲਿਖਿਆ ਬੇ ਔਲਾਦ ਜੋੜੇ ਮਿਲੋ, ਹਰ ਘਰੇ 10-10 ਮਰੀਜ਼ ਪਏ ਨੇ, ਆਪਦੀਆਂ ਇਹਨਾਂ ਨੇ ਰੇਹਾਂ ਵੇਚੀਆਂ, ਵੱਡੇ ਹਸਪਤਾਲ ਖੜ੍ਹੇ ਕੀਤੇ ਨੇ, ਸਾਨੂੰ ਤਾਂ ਕੈਂਸਰ ਮਿਲਿਆ, ਸਾਨੂੰ ਤਾਂ ਕਰਜ਼ੇ ਮਿਲਿਆ ਹੈ ਇਹਨਾਂ ਦੇ ਹਰੇ ਇਨਕਲਾਬ ਦੇ ਵਿੱਚੋਂ। ਅੱਜ ਕਿਸਾਨ ਦੇ ਨਾਲ, ਕਿਉਂਕਿ ਕਿਸਾਨਾਂ ਨੇ ਜ਼ਮੀਨ ਜਿਹੜੀ ਹੈਗੀ ਆ ਬਣਾਈ ਸੀ, ਅੱਜ ਸੋਸ਼ਲ ਮੀਡੀਆ ਦੇ ਅਤੇ ਪੰਜਾਬ ਦੇ ਮੀਡੀਆ ਨੇ ਬਹੁਤ ਸਾਰੂ ਰੋਲ ਅਦਾ ਕੀਤਾ। ਪੰਜਾਬ ਦਾ ਜਿਹੜਾ ਹੈਗਾ ਜਵਾਨ ਜਾਗਿਆ, ਮੈਨੂੰ ਹੁਣੇ ਫੋਨ ਆਇਆ, ਜਿਹੜੇ 10 ਮੁੰਡੇ ਫਰਾਂਸ ਤੋਂ ਚੱਲ ਪਏ, ਕਹਿੰਦੇ ਅਸੀਂ ਬਾਈ ਟਿਕਟਾਂ ਬੁੱਕ ਕਰਾ ਲਈਆਂ, 23 ਜਾਂ 24 ਜਨਵਰੀ ਨੂੰ ਉਤਰਾਂਗੇ। ਮੈਂ ਕਿਹਾ ਮੈਂ ਗੁਰਪ੍ਰੀਤ ਕੋਟਲੀ ਬਾਈ ਤੁਹਾਨੂੰ ਪਹਿਲਾਂ ਰਿਸੀਵ ਕਰਕੇ ਲਊਂ ਇੰਦਰਾ ਗਾਂਧੀ ਹਵਾਈ ਅੱਡੇ ਤੋਂ। ਅੱਜ ਬਾਹਰੋਂ ਲੋਕ ਆ ਰਹੇ ਆ ਕੋਰੋਨਾ ਕਾਲ ਦੇ ਵਿੱਚ, ਜੇਕਰ ਆਪਾਂ ਕਹੀਏ ਫਲਾਈਟਾਂ ਨਾ ਬੰਦ ਹੁੰਦੀਆਂ ਤਾਂ ਇੱਥੇ ਜਿਹੜਾ ਹੈਗਾ NRI ਭਰਾ ਹੀ ਨੇ ਆ ਜਾਣੇ ਸੀ, ਜਿੰਨੇ ਪੰਜਾਬ ਦੇ ਨਹੀਂ ਆਏ, ਹਰਿਆਣੇ ਦੇ ਨਹੀਂ ਆਏ, ਉੱਤਰ ਪ੍ਰਦੇਸ਼ ਦੇ ਨਹੀਂ ਆਏ। ਬਈ NRI ਵੀਰਾਂ ਦੀ ਗੱਲ ਕਰੀਏ, ਉਹਨਾਂ ਦਾ ਇੱਕ ਵੱਡਾ ਯੋਗਦਾਨ ਰਿਹਾ। ਜੇਕਰ ਦੇਖਿਆ ਜਾਵੇ ਤਾਂ ਕੱਲ੍ਹ ਮੀਟਿੰਗ ਹੋਈ ਆ ਇੱਕ ਸਰਕਾਰ ਦੀ, ਬਾਬਾ ਲੱਖਿਆ ਨੌਂ ਦਾ ਕਰਕੇ ਆ, ਕੋਈ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਉਹ ਚੀਜ਼ਾਂ, ਕੀ ਲੱਗਦਾ ਉਸ ਚੀਜ਼ ਨੂੰ ਦੇਖ ਕੇ ਕਿ ਕੋਈ ਅੰਦਰ ਖਾਤੇ ਕੋਈ ਗੱਲਬਾਤ ਹੋਈ ਹੋਊਗੀ ਉਹਨਾਂ ਦੀ? ਇਹ ਸਰਕਾਰ ਦੀ ਮੈਨੂੰ ਸਮਝ ਨਹੀਂ ਆਉਂਦੀ। ਸਰਕਾਰ ਨੇ ਇੱਥੇ, ਮੈਂ ਰਾਹ 'ਚ ਆਉਂਦਾ ਸੀ ਬਈ ਇੱਥੇ ਵਿਗਿਆਨ ਭਵਨ ਦੇ ਵਿੱਚ, ਲਿਖਿਆ ਸੀਗਾ ਵੀ ਕਿਸਾਨਾਂ ਦੀ ਆਮਦਨ ਦੁੱਗਣੀ ਹੋਊਗੀ ਅਤੇ ਕਮਿਸ਼ਨ ਖੋਰਾਂ ਦਾ ਕਮਿਸ਼ਨ ਕੱਟਿਆ ਜਾਊਗਾ, ਵੀ ਵਿਚੋਲਗੇ ਹਟਾਵਾਂਗੇ। ਸਰਕਾਰ ਇਹ ਕਹਿ ਰਹੀ ਹੈ ਨਾ ਕਿਸਾਨਾਂ ਦੇ ਵਿਚਕਾਰ 'ਤੇ ਜਿਹੜਾ ਹੈਗਾ ਖਰੀਦਦਾਰ ਦੇ ਵਿੱਚ ਵਿਚੋਲਗੇ ਆ। ਪਹਿਲਾਂ ਸਰਕਾਰ ਇਹ ਜਵਾਬ ਦੇਵੇ ਵੀ ਹੁਣ ਵਿਚੋਲਗਾ ਪਾਉਣ ਦੀ ਕੀ ਲੋੜ ਹੈ? ਸਰਕਾਰ ਖੁਦ ਵਿਚੋਲਗੇ ਪਾ ਰਹੀ ਹੈ ਬਾਬੇ ਲੱਖੇ ਵਰਗਿਆਂ ਨੂੰ, ਠੀਕ ਆ। ਇਹ ਡੇਰਾਵਾਦ ਕਿਹਨੇ ਫਲਾਇਆ, ਕਿਵੇਂ ਫਲਾਇਆ, ਇਹ ਬਹੁਤ ਵੱਡਾ ਕਨਸੈਪਟ ਆ। ਲੋਕ ਜਾਣਦੇ ਆ ਕਿਹਨੂੰ ਖਤਮ ਕਰਨ ਵਾਸਤੇ ਡੇਰੇ ਆਏ ਆ, ਅਤੇ ਬਾਬੇ ਲੱਖੇ ਬਾਰੇ ਦੁਨੀਆ ਜਾਣਦੀ ਹੈ, ਠੀਕ ਹੈ। ਅਤੇ ਤੀਜੀ ਗੱਲ ਅੱਗੇ ਉਹਨੇ ਇੱਕ ਬਿਆਨ ਦਿੱਤਾ ਕਿ ਮੇਰੇ ਕੋਲ ਆ ਕੇ ਤੋਮਰ ਰੋ ਪਿਆ। ਉਹ ਯਾਰ ਸਾਡੇ 75 ਜਿਹੜੇ ਹੈਗੇ ਆ, ਸਾਡੇ ਮਾਵਾਂ ਦੇ ਪੁੱਤ, ਸਾਡੀਆਂ ਬਜ਼ੁਰਗ ਮਾਵਾਂ 15-15 ਸਾਲ ਦੇ ਮੁੰਡੇ ਕੁੜੀਆਂ, ਸਾਡੀਆਂ ਬੀਬੀਆਂ, ਬਜ਼ੁਰਗ ਨੌਜਵਾਨ, ਘਰੇ 2-2 ਬੱਚੇ ਸੀ, ਉਹ ਸ਼ਹੀਦ ਹੋ ਗਏ। ਉਦੋਂ ਤਾਂ ਤੈਨੂੰ ਰੋਣਾ ਨਹੀਂ ਚੇਤਾ ਆਇਆ, ਤੈਨੂੰ ਤੋਮਰ ਦਾ ਰੋਣਾ ਦਿੰਦਾ ਹੈ? ਇਹ ਜਿਹੜਾ ਹੈਗਾ, ਇਹ ਕੀ ਬਾਬਾ ਲੱਖਾ ਜਾਂ ਕੋਈ ਹੋਰ ਆ, ਇਹਨਾਂ ਨਾਲ ਸਾਡੀ ਕੋਈ ਗੱਲਬਾਤ ਨਹੀਂ। ਕਿਸਾਨਾਂ ਨੇ ਵੀ ਕਹਿਤਾ ਸਿੱਧੀ ਗੱਲਬਾਤ ਹੋਊ, ਤੁਸੀਂ ਵਿਚੋਲੀਏ ਖਤਮ ਕਰਦੇ, ਕਰਨ ਨੂੰ ਕਹਿੰਦੇ ਆ ਸਰਕਾਰ 'ਤੇ ਵਿਚੋਲੀਏ ਪਾਉਣ ਦੀ ਲੋੜ ਕੀ ਹੈ? ਕੀ ਡੇਰੇ ਵਾਲੇ ਸਾਡੇ ਕਿਸਾਨਾਂ ਦੇ ਮਸਲੇ ਹੱਲ ਕਰਨਗੇ? ਕੀ ਬਾਬੇ ਲੱਖੇ ਨੇ ਕਿੰਨੇ ਕੁ ਲੰਗਰ ਲਾਏ ਆ? ਬਾਬੇ ਲੱਖੇ ਦੀ ਕੀ ਦੇਣ ਹੈ? ਉਹ ਦੇਖ, ਉਹ ਸੋਚਣਾ ਪੈਣਾ। ਸਾਡੇ ਲੋਕ ਪਤਾ ਕੀ ਕਰਦੇ, ਇੱਕ ਵੀਡੀਓ ਨੂੰ ਚੱਕਦੇ ਆ, ਸ਼ੇਅਰ ਕਰ ਦਿੰਦੇ ਆ, ਇਹ ਮਾੜੀ ਗੱਲ। ਐਵੇਂ ਯਾਰ ਮੈਂ ਕਹਾਂ ਜਿਹੜਾ ਹੈਗਾ, ਹੁਣ ਮੈਂ ਉੱਥੇ ਕਹਿ ਨਹੀਂ ਸਕਦਾ ਤੁਹਾਡੇ ਕੈਮਰੇ ਮੂਹਰੇ, ਵੀ ਐਵੇਂ ਇਹਨਾਂ ਨੂੰ ਪਹਾੜੀ ਚੜ੍ਹਾਉਣ ਦੀ ਲੋੜ ਨੀਗੀ। ਗੱਲ ਇੱਥੇ ਹੋਊਗੀ ਵਿਗਿਆਨ ਭਵਨ ਦੇ ਵਿੱਚ ਹੋਊਗੀ। ਜਿੰਨਾ ਜਿਹੜੇ ਹੱਥਾਂ ਨਾਲ ਕਾਨੂੰਨ ਪਾਸ ਹੋਏ ਆ ਉਹਨਾਂ ਨਾਲ ਵਾਪਸ ਲੈਣੇ ਪੈਣਗੇ, ਜਿਹੜੇ ਮੂੰਹਾਂ ਨਾਲ ਉਹ ਜਵਾਨਾਂ ਵਾਪਸ ਲੈਣੀਆਂ ਪੈਣਗੀਆਂ, ਚਾਹੇ ਅੱਜ ਲੈ ਲਓ ਚਾਹੇ ਕੱਲ੍ਹ ਲੈ ਲਓ। ਇਹ ਗੱਲ ਭੁੱਲ ਜਾਓ, ਜਾਂ ਤਾਂ ਇੱਥੋਂ ਸਾਡੀਆਂ ਲਾਸ਼ਾਂ ਚੱਕਣ ਨੂੰ ਤਿਆਰ ਹੋ ਜਾਓ, ਜਾਂ ਆਪਦੇ ਕਾਨੂੰਨ ਵਾਪਸ ਲੈ ਲਓ ਜੀ। ਬਿਲਕੁਲ ਬਈ, ਜੇ ਦੇਖਿਆ ਜਾਵੇ ਤਾਂ ਹੁਣ ਕੱਲ੍ਹ ਦੀ ਮੈਂ ਇੰਟਰਵਿਊ ਸੁਣ ਰਿਹਾ ਸੀ, ਉਹਦੇ ਵਿੱਚ BJP ਦਾ ਲੀਡਰ, ਤੁਸੀਂ ਸੁਣਿਆ ਹੋਣਾ ਉਹ ਪੰਜਾਬ ਦਾ ਗਾ, ਉਹ ਕਹਿ ਰਹੇ ਨੇ ਕਿ 26 ਜਨਵਰੀ ਦੀ ਧਮਕੀ ਦੇ ਜਾਂਦੇ ਨੇ ਕਦੇ ਕਿਸਾਨ, ਕਦੇ ਕਹਿੰਦੇ ਨੇ ਅਸੀਂ 4 ਸਾਲ ਬੈਠਾਂਗੇ। ਤੁਹਾਨੂੰ ਕੀ ਲੱਗਦਾ ਉਸ ਨੂੰ ਦੇਖ ਕੇ ਧਮਕੀ ਕਿਉਂ ਆ? ਯਾਰ ਮੇਰੀ ਗੱਲ ਸੁਣੋ, ਸਾਡੇ ਘਰੇ ਬਾਈ ਤੁਸੀਂ ਹੋ, ਤੁਹਾਡਾ ਘਰ ਲੁੱਟਿਆ ਜਾਂਦਾ ਹੋਵੇ, ਠੀਕ ਆ, ਤੁਹਾਡੇ ਘਰੇ ਕੋਈ ਚੜ੍ਹ ਕੇ ਆ ਜਾਏ, ਤੁਹਾਡੀ ਜ਼ਮੀਨ ਖੋਵੇ, ਅਤੇ ਤੁਸੀਂ ਅਗਲੇ ਦੇ ਬਾਰ ਮੂਹਰੇ ਧਰਨਾ ਲਾਓ, ਠੀਕ ਆ, ਤੁਸੀਂ ਆਪਦੇ ਹੱਕ ਮੰਗ ਰਹੇ ਹੋ ਅਤੇ ਧਮਕੀਆਂ ਦੇ ਰਹੇ ਹੋ। ਅੱਜ ਸਰਕਾਰ ਨੇ ਸਾਡੇ ਹੱਕ ਖੋਏ ਆ, ਸਾਡੇ ਘਰਾਂ ਦੀਆਂ ਜ਼ਮੀਨਾਂ ਤੱਕ ਆ ਗਏ, ਸਾਡੇ ਜਵਾਕਾਂ ਦਾ ਭਵਿੱਖ ਨਹੀਂ ਸਾਨੂੰ ਦਿਖ ਰਿਹਾ, ਸਾਨੂੰ ਨੌਜਵਾਨਾਂ ਨੂੰ ਆਪਦਾ ਭਵਿੱਖ ਨਹੀਂ ਦਿਖ ਰਿਹਾ, ਅਸੀਂ ਉਹ ਮੰਗਣ ਆਏ ਹਾਂ ਯਾਰ। 26 ਜਨਵਰੀ ਅਸੀਂ ਇਸ ਦੇਸ਼ ਦੇ ਨਾਗਰਿਕ ਹੈ, ਇਹ ਇਸ ਦੇਸ਼ ਦੇ ਵਿੱਚ ਸਾਡੇ ਪਿਓ ਦਾਦਿਆਂ ਦਾ ਖੂਨ ਰੁੱਲਿਆ, ਸਾਡੇ ਭਰਾ ਬਾਰਡਰਾਂ 'ਤੇ ਸ਼ਹੀਦ ਹੁੰਦੇ ਆ, ਕਦੇ ਇਹ ਜਿਹੜੇ ਗ੍ਰਹਿ ਮੰਤਰੀ ਬਣੇ ਬੈਠੇ ਇਹਨਾਂ ਦਾ ਮੁੰਡਾ ਕਦੇ ਸ਼ਹੀਦ ਹੋਇਆ? ਆਹ ਮੋਦੀ ਵਰਗਾਂ ਦੀ, ਅੰਬਾਨੀ ਅਡਾਨੀਆਂ ਵਰਗਾਂ ਦੀ ਕੀ ਦੇਣ ਆ ਦੇਸ਼ ਨੂੰ?
ठीक है, लुट्टन तो बिना कोई देना साढ़े साढ़े प्यो दादे ने इस देश की आजाद कराने वास्ते फांसियां दे रस्से चुंबे आ। यह देश साडा है, यह किसी का नहीं गा, यह अंबानी अडानका का नहीं। असी 26 जनवरी साढ़े देश का आपका साडा देश आ, साडा लाल किला। असी परेड देखण जावांगे, परेड बराबर करांगे। तो असी जिहड़ा कल वाला जिहड़ा तुसीं देखिया होना वह तो सिर्फ ट्रेलर है। कल तुसीं संगर गया हनुमानगढ़ के 10,000 ट्रैक्टर ने जिहड़ा रोड शो कढ़िया। अज भी पंजाब दे विच पिंडां दे विच 200-300 जिहड़े हैगे ट्रैक्टर तुरे फिरदे आ वी आर। आपां जिहड़ी परेड नूं जावांगे 22-23 तरीक नूं इत्थे ट्रैक्टर हो जाना, कंबाइना कढ लांगे। जर असी की रख के करना ट्रैक्टर, ये मशीन इन्हां ने 5,000 किलियां दे जिहड़े फार्म कट्टने आ उत्थे साडे वाले आशे एंटर तां चलने नहीं गए, उदू बाद भी सिटने पैणगे। उदू चंगा असी इत्थे धक्कांगे। सो ये गल्लां जिहड़ा हैगा ये जिहड़े आपदे आकावां नूं खुश करन वास्ते बीजेपी दे लीडर इहो जिहे बयान दिंदे होणगे, ठीक है, उन्हां दे तलवे चढ़दे होणगे। सिर्फ असीं इह धरती मां दे पुत आ, धरती नूं बचाउण वास्ते जिहड़ा हैगा आपदे देश नूं बचाउण वास्ते आपदी जान दी उत्ती देवांगे। ते मैं इक सरकार नूं इह वी कह दिंदा, ਇਹ ਗੱਲ ਭੁੱਲ ਜਾਓ, ਜ਼ਿਲ੍ਹਿਆਂ ਵਾਲੇ ਬਾਗ ਦੇ ਵਿੱਚ ਹਮਲਾ ਹੋਇਆ ਸੀ, ਅਡਵਾਇਰ ਵਰਗੇ ਨੇ ਬਥੇਰੇ ਮਾਰਤੇ ਸੀਗੇ, ਪਰ ਉਸੇ ਮਿੱਟੀ ਦੀ ਸਹੁੰ ਖਾ ਕੇ ਉਹਦੇ ਵਿੱਚੋਂ ਭਗਤ ਸਰਾਭੇ ਵਰਗੇ ਪੈਦਾ ਹੋਏ, ਊਧਮ ਸਿੰਘ ਵਰਗੇ ਪੈਦਾ ਹੋਏ, ਅਤੇ ਉਹਨਾਂ ਦਾ ਕੀ ਹਾਲ ਆ। ਇਹ ਤੁਸੀਂ ਜਿਹੜੀਆਂ ਗੱਲਾਂ ਆਉਣ ਵਾਲੇ ਟਾਈਮ ਦੇ ਵਿੱਚ ਆਪਦੇ ਪੱਲੇ ਬੰਨ ਲਿਓ ਜੀ। ਕੀ ਆਖਰ ਦੇ ਵਿੱਚ, ਚਲੋ ਸਮਾਂ ਲੰਮਾ ਹੋ ਜਾਂਦਾ ਗਾ, ਆਖਰ ਦੇ ਵਿੱਚ ਕੀ ਅਪੀਲ ਕਰੋਗੇ? ਆਖਰ ਦੇ ਵਿੱਚ ਮੈਂ ਇਹੀ ਅਪੀਲ ਕਰਨਾ ਚਾਹੁੰਦਾ ਕਿ ਭਰਾਵੋ, ਠੰਡ ਦੀ ਪਰਵਾਹ ਨਾ ਕਰੋ, ਰੋਟੀ ਪਾਣੀ ਦੀ ਪਰਵਾਹ ਨਾ ਕਰੋ, ਬਾਹਰ ਆ ਲਿਓ। ਮੈਂ ਤਾਂ ਕਹਿਣਾ ਜਿਹੜਾ ਵੀ ਕਿਸੇ ਵੀ ਤਰੀਕੇ ਨਾਲ ਇਸ ਯੋਗਦਾਨ ਦੇ ਸਕਦਾ, ਜਿਹੜੇ ਆ ਸਕਦੇ ਆ, ਮੋਸਟ ਵੈਲਕਮ ਆ। ਜਿਹੜੇ ਘਰ ਬੈਠੇ ਆ ਉਹ ਜਿਹੜੀਆਂ ਚੰਗੀਆਂ ਵੀਡੀਓ ਆ ਉਹਨਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਦੁਨੀਆਂ ਤੱਕ ਗੱਲ ਪਹੁੰਚਾਓ। ਜਿਹੜੇ ਭਰਾ 2 ਰੁਪਏ ਕਮਾਉਂਦੇ ਆ ਉਹ ਆਪਦਾ ਦਸਵੰਧੇ ਦੀ ਥਾਂ 'ਤੇ, ਮੈਂ ਤਾਂ ਕਹਿੰਦਾ ਅੱਧੀ ਪੇਮੈਂਟ ਆ ਜਿਹੜੀ ਹੁਣ ਕੱਢ ਲਓ, ਕਿਉਂਕਿ ਸਾਡੀ ਹੁਣ ਹੋਣ ਦੀ ਲੜਾਈ ਹੈ। ਸੋ ਜਿਵੇਂ ਵੀ ਤੁਹਾਨੂੰ ਜਿਸ ਤਰ੍ਹਾਂ ਵੀ ਤੁਸੀਂ ਹੈਲਪ ਕਰ ਸਕਦੇ ਹੋ, ਦੁਨੀਆਂ ਭਰ ਦੇ ਵਿੱਚ ਬੈਠੇ ਪੂਰੇ ਕਿਸਾਨ ਉਸ ਤਰ੍ਹਾਂ ਜਿਹੜੀ ਹੈਗੀ ਆ ਹੈਲਪ ਕਰੋ, ਕਿਸੇ ਵੀ ਤਰੀਕੇ ਨਾਲ ਕਰੋ, ਪਰ ਇਸ ਸੰਘਰਸ਼ ਦਾ ਕਿਸੇ ਤਰੀਕੇ ਨਾਲ ਹਿੱਸਾ ਜ਼ਰੂਰ ਬਣੋ। ਧੰਨਵਾਦ ਬਾਈ ਜੀ ਤੁਹਾਡਾ ਟਾਈਮ ਦੇਣ ਲਈ। ਧੰਨਵਾਦ ਵੀਰੇ, ਧੰਨਵਾਦ। ਸੋ ਸਮਾਂ ਸੀ ਜਿਹੜਾ ਉਹ ਇਜਾਜ਼ਤ ਨਹੀਂ ਸੀ ਦਿੰਦਾ, ਗੁਰਪ੍ਰੀਤ ਕੋਟਲੀ ਸੀ ਜਿਹੜੇ ਸਾਡੇ ਨਾਲ ਮੌਜੂਦ ਸੀ, ਇਹਨਾਂ ਦਾ ਕਹਿਣਾ ਗਾ ਕਿ ਅਪੀਲ ਕਰੀ ਗਈ ਆ ਕਿ ਆਪਣੇ ਟਰੈਕਟਰ ਘਰਾਂ ਦੇ ਵਿੱਚੋਂ ਕੱਢ ਕੇ 26 ਤਰੀਕ ਨੂੰ ਇੱਥੇ ਪਹੁੰਚੋ, 26 ਜਨਵਰੀ ਨੂੰ ਇੱਥੇ ਆ ਕੇ ਰੋਸ ਕਰੋ, ਅਤੇ ਜਿਹੜੇ ਘਰਾਂ ਦੇ ਵਿੱਚ ਬੈਠੇ ਨੇ ਉਹ ਆਪਣੇ ਪਿੰਡਾਂ ਦੇ ਵਿੱਚ ਰੋਸ ਕਰਨ। ਸੋ ਇਸੇ ਤਰ੍ਹਾਂ ਜੁੜੇ ਰਹੋ ਤੁਸੀਂ ਰੇਡੀਓ ਪੰਜਾਬ ਟੂਡੇ ਦੇ ਨਾਲ। ਵਿਗਿਆਨ ਭਵਨ ਤੋਂ ਕੈਮਰਾਮੈਨ ਮਨਪ੍ਰੀਤ ਦੇ ਨਾਲ ਮੈਂ ਹਰਜਿੰਦਰ ਸਿੰਘ ਢਿੱਲੋਂ, ਦਿੱਲੀ।